ਹੱਸਦੇ ਹਸਾਂਦੇ ਰਵੋ। ਹੈਲੋ ਹੈਲੋ, ਹਾਂ ਰਵਨੀਤ, ਹਾਂ ਰਵਨੀਤ ਮੰਮੀ ਬੋਲਦੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੱਚੇ, ਕੀ ਹਾਲ ਹੈ? ਵਧੀਆ, ਹਾਂ ਵਧੀਆ ਬੱਚੇ। ਹੋਰ ਕੀ ਹਾਲ ਹੈ, ਕਿੱਥੇ ਮਿਲ ਗਏ ਕੰਮ? ਐਮਐਚ ਵਨ, ਠੀਕ ਹੈ, ਐਂਕਰਿੰਗ ਨਾ? ਅੱਛਾ, ਹੱਸਦੇ ਸਾਂਦੇ ਰਹੋ, ਵਧੀਆ ਵਧੀਆ। ਕੌਣ ਆਏ ਨੇ, ਕੋਈ ਨਵਾਂ ਜੱਜ ਆਇਆ? ਕੁੱਗੀ ਜੀ ਬੁੱਢੇ ਨਹੀਂ ਹੋਏ, ਯੰਗ ਨੇ? ਅੱਛਾ, ਅਤੇ ਨਾਲ ਕੌਣ ਹੈ ਗੋਲੀ ਮੋਲੂ? ਹੈ ਪਾਪਾ ਸਾਹਿਬ ਆਏ ਨੇ, ਹਾਏ ਕਿ ਨਹੀਂ, ਮੈਂ ਦੋਵਾਂ ਦੀ ਬਹੁਤ ਵੱਡੀ ਭੈਣ ਹਾਂ, ਉਹਨਾਂ ਨੂੰ ਮੇਰੇ ਸਤਿ ਸ਼੍ਰੀ ਅਕਾਲ ਬੋਲਿਓ, ਠੀਕ ਹੈ? ਅੱਛਾ ਬੱਚੇ, ਮੈਂ ਗੱਲ ਕਰਨੀ ਸੀ, ਥੋੜ੍ਹੀ ਸੀਰੀਅਸ ਸੀਗੀ। ਤੁਸੀਂ ਬੇਟਾ ਨੂੰ ਦਿਲ 'ਤੇ ਨਹੀਂ ਲੈਣਾ, ਦੇਖੋ ਪਹਿਲੀ ਗੱਲ ਬੱਚੇ, ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ, ਜਿਹੜੀ ਤੁਹਾਡੀ ਵਾਈਫ ਹੈ, ਤੁਸੀਂ ਇਹਨੂੰ ਸ਼ਿਕਾਇਤ ਨਾ ਸਮਝੋ ਬੱਚੇ, ਦਿਸ ਇਜ਼ ਨੋਟ ਦਾ ਵੇ, ਸ਼ੀ ਇਜ਼ ਨੋਟ ਬਿਹੇਵਿੰਗ ਪ੍ਰੋਪਰਲੀ। ਐਕਚੁਲੀ ਕੋਈ ਤਮੀਜ਼ ਨਾਮ ਦੀ ਚੀਜ਼ ਹੁੰਦੀ ਹੈ ਬੱਚੇ, ਜਦ ਦੇ ਘਰ ਚ ਆਈਏ ਬੇਟੇ, ਮੇਰਾ ਜੀਣਾ ਹਰਾਮ ਹੋ ਗਿਆ। ਮੈਂ ਤੁਹਾਨੂੰ ਬੱਚੇ, ਬੇਟੇ ਤੂੰ ਤੂੰ ਕਰਕੇ ਗੱਲ ਕਰਦੀ ਹੈ, ਠੀਕ ਹੈ, ਸੁਣੋ ਸੁਣੋ ਮੇਰੀ, ਠੀਕ ਹੈ ਮੇਰੀ ਗੱਲ ਸੁਣੋ ਬੱਚੇ, ਮੇਰੀ ਗੱਲ ਸੁਣੋ ਬੱਚੇ। ਕੱਲ੍ਹ ਮੈਂ ਉਹਨੂੰ ਕਹਿਤਾ ਮਾਰਕੀਟ 'ਚ ਪਿਆ, ਟਾਈਮ ਤੋਂ ਪਹਿਲਾਂ ਆ ਜਾਓ, ਲੇਟ ਹੋ ਗਈ, ਮੈਂ ਮਾੜੇ ਡਾਂਟਾ, ਫਿਰ ਕੀ ਹੋਇਆ? ਮਾਂ ਹੀ ਹੈ ਤੇਰੀ ਮੈਂ, ਤੂੰ ਇੱਕ ਮਿੰਟ ਦੱਸ ਬੱਚੇ, ਜੇ ਇਹੀ ਵਿਆਹ ਉਹਦਾ ਤਿੱਲੀ ਨਾਲ ਹੋ ਜਾਂਦਾ, ਕੀ ਜ਼ਿੰਦਗੀ ਹੁੰਦੀ ਉਹਦੀ? ਮੈਂ ਨਹੀਂ ਗਲਤ ਬੋਲ ਰਹੀ, ਬਚ ਮੇਰੀ ਗੱਲ ਸੁਣ, ਚਾਰ ਮੁੰਡੇ ਰਿਜੈਕਟ ਕੀਤੇ ਨਾ, ਤਿੱਲੀ, ਮਿੰਟੂ, ਸੂਰੀ ਦਾ, ਚੱਲ ਵੈਸੇ ਰਿਜੈਕਟ ਮੈਂ, ਠੀਕ, ਓਕੇ ਬੱਚੇ, ਬਸ ਉਹਨੂੰ ਸਮਝਾ ਦੇ, ਬਸ ਅੱਜ ਲੋਹੜੀ ਹੈ ਬੇਟਾ, ਮੈਂ ਫੈਸਟੀਵਲ ਵਾਲੇ ਦਿਨ ਖਰਾਬ ਨਹੀਂ ਕਰਨਾ ਚਾਹੁੰਦੀ, ਪੋਤੇ ਮੇਰੇ ਦੀ ਪਹਿਲੀ ਲੋਹੜੀ ਹੈ, ਉਹਨੂੰ ਸਮਝਾ ਦੇ, ਦਿਸ ਇਜ਼ ਨੋਟ ਦਾ ਵੇ, ਨੈਕਸਟ ਟਾਈਮ ਆਈ ਐਮ ਨੋਟ ਗੋਇੰਗ ਟੂ ਟੋਲਰੇਟ ਦ ਵੇ ਸ਼ੀ ਇਜ਼ ਬਿਹੇਵਿੰਗ ਵਿਦ ਮੀ। ਓਕੇ ਓਕੇ ਬੱਚੇ, ਬਾਏ, ਹੈ ਓਕੇ ਬਾਏ। ਇੱਕ ਤਾਂ ਨਾ ਪਤਾ ਕਿਸੇ ਮਰ ਗਈ ਹੈ, ਮਰ ਜਾਣੀ ਨਾ ਹੋਵੇ ਤਾਂ, ਇਹ ਜਾਦਾ ਦਾ ਵਿਆਹ ਹੈ ਨਾ, ਅੱਗ ਲੱਗਣੀ, ਕਿੱਥੇ ਮਰ ਗਈ ਤੂੰ? ਹਾਂਜੀ ਮਾਤਾ ਜੀ। ਮਾਤਾ ਹੋਣੀ ਤੇਰੀ ਮਾਂ, ਮਰ ਜਾਣੀ ਆ ਕੀ ਪਾ ਕੇ ਆਈ ਹੈ? ਤੈਨੂੰ ਮੈਂ ਕਿੰਨੀ ਵਾਰੀ ਕਿਹਾ ਚੱਜ ਦੇ ਕੱਪੜੇ ਪਾਇਆ ਕਰ, ਚੱਜ ਦੇ ਕੱਪੜੇ ਪਾਇਆ ਕਰ, ਚੱਜ ਦਾ ਤੇਰੇ ਮੁੰਡੇ ਨੇ ਮੈਨੂੰ ਲੈ ਕੇ ਕੀ ਦਿੱਤਾ? ਮੇਰੇ ਮੁੰਡੇ ਨੇ ਜਿਹਨੂੰ ਤੂੰ ਗੋਦ 'ਚ ਖੜਾਉਂਦੀ ਹੈ ਨਾ, ਮਿੰਕੂ, ਇਹ ਮੇਰੇ ਮੁੰਡੇ ਨੇ ਲੈ ਕੇ ਦਿੱਤਾ ਤੈਨੂੰ। ਅਹਿਸਾਨ ਕੀਤਾ ਮੇਰੇ 'ਤੇ ਕੁੱਗੀ ਭਾਜੀ, ਇਹਦਾ ਮੁੰਡਾ ਮੇਰੇ ਨਾਲ ਇੰਨੀ ਕਲੇਸ਼ ਕਰਦਾ, ਇੰਨੀ ਕਲੇਸ਼ ਕਰਦਾ, ਇੱਕ ਦਿਨ ਮੈਂ ਵੀ ਕਹਿਤਾ ਜੇ ਅੱਜ ਹੱਥ ਚੁੱਕਿਆ ਤਾਂ ਬਹੁਤ ਬੁਰਾ ਹੋਏਗਾ। ਉਦਣ ਮਿੰਕੂ ਹੋਇਆ ਸੀ, ਜਬਾਨ ਲੜਾਉਂਦੀ ਹੈ, ਜਬਾਨ ਲੜਾਉਂਦੀ ਹੈ। ਦੇਖੋ ਮੈਂ ਤਾਂ ਨਹੀਂ ਗੱਲ ਕਵਾਂ, ਮੈਂ ਸਾਡੇ ਜਦੋਂ ਫਾਦਰ ਸਾਹਿਬ ਹੁੰਦੇ ਸੀ ਨਾ, ਘਰ 'ਚ ਬੜੀ ਦਹਿਸ਼ਤ ਹੁੰਦੀ ਸੀ, ਉਹ ਜਦੋਂ ਘਰ ਬੈਠੇ ਹੁੰਦੇ ਸੀ ਨਾ, ਕਿਸੇ ਦੇ ਨਹੀਂ ਹਿੰਮਤ ਨਹੀਂ ਹੁੰਦੀ ਸੀ, ਜ਼ੁਰਤ ਨਹੀਂ ਹੁੰਦੀ ਸੀ ਕੋਈ ਅੱਖ ਚੱਕ ਕੇ ਗੱਲ ਕਰ ਲਵੇ, ਮਰ ਛੜੀ ਨਾ ਹੋਵੇ ਤਾਂ। ਇਹਨੂੰ ਮਾਤਾ ਜੀ ਦਹਿਸ਼ਤ ਨਹੀਂ, ਬਦਨਾਮੀ ਕਹਿੰਦੇ ਆ। ਜ਼ਬਾਨ ਸੰਭਾਲ ਕੇ ਗੱਲ ਕਰ, ਮੈਂ ਤੇਰੀ ਜ਼ਬਾਨ ਖਿੱਚ ਲੈਣੀ ਹੈ। ਜ਼ਬਾਨ ਖਿੱਚ ਲੈਣੀ ਆ, ਫੋਟੋ ਮਾਤਾ ਤੇ ਤੋਂ ਖਿੱਚਣੀ ਹੁੰਦੀ। ਮੇਰੀ ਗੱਲ ਸੁਣ ਲੈ, ਅੱਜ ਹੈਗਾ ਤਿਉਹਾਰ, ਮੈਂ ਲੋਹੜੀ ਵਾਲੇ ਦਿਨ ਆਪਣੇ ਪੋਤੇ ਦੀ ਪਹਿਲੀ ਲੋਹੜੀ ਹੈ, ਮੈਂ ਨਾ ਕੋਈ ਕਲੇਸ਼ ਨਹੀਂ ਕਰਨਾ ਚਾਹੁੰਦੀ ਤੇ ਮੈਂ ਕੋਈ ਝਗੜਾ ਕਰਨਾ ਚਾਹੁੰਦੀ ਨਹੀਂ ਆ। ਮਾਤਾ ਜੀ ਕਲੇਸ਼ ਹਮੇਸ਼ਾ ਤੁਸੀਂ ਪਾਉਂਦੇ ਹੋ। ਕੁੱਗੀ ਭਾਜੀ ਮੇਰੇ ਵਿਆਹ ਵਾਲੇ ਦਿਨ ਵੀ ਨਾ ਕਲੇਸ਼ ਪਾ ਕੇ ਬਹਿ ਗਈ, ਸੁਹਾਗ ਰਾਤ ਵਾਲੇ ਦਿਨ। ਕੁੱਗੀ ਭਾਜੀ ਉਹਨੇ ਸੁਹਾਗ ਰਾਤ ਕੀ ਮਨਾਉਣੀ ਸੀ, ਸਾਰੀ ਰਾਤ ਇਹਨੂੰ ਹੀ ਮਨਾਉਂਦਾ ਰਿਹਾ, 6 ਮਹੀਨੇ ਮੰਨੀ ਨਹੀਂ। ਮਰ ਜਾਣੀ ਨਾ ਹੋਵੇ ਤਾਂ, ਤੇਰੀ ਔਕਾਤ ਕੀ ਸੀ, ਤੈਨੂੰ ਆਪਣੇ ਘਰ ਲੈ ਕੇ ਆਏ ਆ। ਭਾਜੀ 3 ਮੰਜ਼ਲੇ ਘਰ ਸਾਡਾ, ਪੈਸਾ, ਸੋਨਾ ਸਭ ਕੁਝ ਹੈਗਾ, ਏਸੀ ਵਾਲਾ ਘਰ ਸਾਡਾ, ਮਰ ਜਾਣੀ, ਤੇਰੇ ਘਰ ਤਾਂ ਬੈਲ ਨਹੀਂ ਲੱਗੀ। ਬੈਲ ਅਸੀਂ ਆਪ ਹੀ ਨਹੀਂ ਲਵਾਈ। ਕਿਉਂ? ਅਸੀਂ 3 ਭੈਣਾਂ ਸੀ ਨਾ। ਤੇ ਫਿਰ ਕੀ ਆ? ਫਿਰ ਕੀ ਆ, ਬੈਲ ਵੱਜਦੀ ਬਹੁਤ ਸੀ। ਕੁੱਗੀ ਭਾਜੀ ਕਦੀ ਆਹ ਮਿੰਟੂ ਬੈਲ ਵਜਾ ਕੇ ਚਲ ਜਾਂਦਾ ਸੀ, ਕਦੀ ਲੱਕੀ ਵਜਾ ਜਾਂਦਾ ਸੀ। ਕੁੱਗੀ ਭਾਜੀ ਇੱਕ ਅੱਧੀ ਵਾਰ ਸੂਰੀ ਨੇ ਵੀ ਟਰਾਈ ਕੀਤਾ, ਉਹਦਾ ਹੱਥ ਹੀ ਨਹੀਂ ਪਹੁੰਚਿਆ। ਮਾਤਾ ਜੀ ਆ ਤਾਂ ਕੁਛ ਵੀ ਨਹੀਂ, ਆ ਇੱਕ ਵਿੰਗੇ ਜੇ ਮੂੰਹ ਵਾਲਾ ਨਹੀਂ ਆ, ਦੀਪਕ ਤੀਲੀ, ਉਹ ਵੀ ਆਇਆ ਸੀ, ਪਾਪਾ ਕੋਲੋਂ ਚਪੇੜਾ ਖਾ ਕੇ ਚਲੇ ਗਿਆ। ਬਕਵਾਸ ਨਾ ਕਰ, ਚਪੇੜਾ ਖਾਣ ਵਾਲੇ ਕੰਮ ਤਾਂ ਤੇਰੇ ਪਿਓ ਨੇ ਵੀ ਕੀਤੇ ਆ। ਭਾਜੀ ਆਪਾਂ ਬਰਾਤ ਲੈ ਕੇ ਇਹਨਾਂ ਦੇ ਘਰ ਗਏ, ਬਰਾਤ ਜਿੱਦਾਂ ਪਹੁੰਚੀ ਨਾ, ਤੇ ਇਹਦੇ ਪਿਓ ਨੇ ਅਨਾਊਂਸਮੈਂਟ ਕਰਤੀ, ਸਾਰੇ ਲੋਕੀ 4-4 ਬੰਦਿਆਂ ਦੇ ਗਰੁੱਪ ਬਣਾ ਲਓ। ਮੈਂ ਕਿਹਾ ਗਰੁੱਪ ਤਾਂ ਬਣਵਾ ਤੇ, ਇਹ ਰੋਟੀ ਕਿੱਦਾਂ ਖਵਾਉਣਗੇ? ਕਹਿੰਦੇ ਰੋਟੀ ਉੱਥੇ ਜਮਾਟੋ ਤੋਂ ਔਡਰ ਕਰਤੀ ਹੈ, ਜਦ ਤੱਕ ਰੋਟੀ ਨਹੀਂ ਨਾ ਆਉਂਦੀ ਤੁਸੀਂ ਤਾਸ਼ ਖੇਡ ਲਓ। ਕਿੰਨਾ ਫਨੀ ਕੀਤਾ, ਇੱਕ ਦੁਬਾਰਾ ਕਰੀ, ਆਹੀ ਚੀਜ਼ ਆਪਾਂ ਦੋਵੇਂ ਕਰਦੇ, ਠੀਕ ਹੈ, 1, 2, 3। ਭਰਾਵਾ
जिन्ना तुसी मैनूं दुखी कीता ना, तुहानूं नरक च वी जगह नहीं मिलनी। बिल्कुल मिलेगी। क्यों मिलेगी? आपां काम ही ऐसे किते पूरे महल्ले दे विच। काम ही ऐसे किते? कुग्गी पाजी, जिहो जे काम इहने महल्ले च कीते ना, महल्ले वाले कहिंदे आह काम तां महल्ले च आपां कदी होण ही नहीं देना। मेरी गल सुन, जिन्ना तू मेरे नाल लड़दी पई है, मैनूं लगदा कि मेरा घर चल पैणा। तू थोड़ी तमीज रख, वरना मैनूं लगदा साडा स्टेटस एवें खराब हो जाणा। एक काम कर, बचपन च कुछ खाधा है तू? कुछ खाधा तो की मतलब? तुसी भी खाओ। सानू लगदा आपां ज़्यादा लड़दे पई हैं, सानू अपना स्टेटस मेनटेन करन वास्ते ते रिलेशन दे विच कोई लड़ाइयां ना हो, झगड़े ना होन। की हाल है एल्फन लिबे? एल्फन लिबे गुले तू दिल मिले मेरी थैंक यू जी, थैंक यू। मैंने नहीं पता लोहड़ी मेरे अपने मुंडे दी है जिहदा कलेश पिया। की हाल है बच्चे? ठीक है जी, खुश रहो बच्चे, परमात्मा तुसी कदों आए? सत श्री अकाल जी, रब करे अगले बार जुड़वा मुंडे होण। देखिया लोहड़ी मंगण वाले आ गए। खसम है तेरा, खसम नहीं खानी है। हाँ जी कुकी भाजी, एक गल दी कमाल है, कुड़ी ने चूड़ा भी पाया। हाँ जी, छे महीने कहिंदे साडी लड़ाई भी रही है, मिले भी कदी नहीं, तो मिंकू भी हो गया है। क्या यार टब्बर दी मतलब अंडरस्टैंडिंग ही है, फिर होर की कह सकते हैं। आई एम सॉरी टू से यू आर यू नो इन अननेसेसरी बिकमिंग इन बिटवीन द कपल। ही यूज्ड टू कम वंस इन अ मंथ। अच्छा, वंडरफुल जी, बहुत अच्छा सी। जेडी अज दे शो दी सब तो इंपोर्टेंट आइटम सी जेड़ा एक्ट सी, क्योंकि तुसी दोनों ही बीबियां बहुत खूबसूरत लग रही सी इहदे विच। थैंक यू। कदे मगरमच्छ जे बने हुंदे, कदी भालू बने हुंदे, पता नहीं की बने हुंदे। अज देखो तिन्ने सामने खड़े किन्ने खूबसूरत लग रहे। देखो हुण ये लास्ट आइटम सी, इस तो बाद बेस्ट जोड़ी नू हैम्पर भी मिलने हैं। हाँ जी, पर अज राजीव ने बहुत अच्छा काम किया। मैं मतलब अज जे अज दे प्रोग्राम दी, अज दे इस अपने एपीसोड दी जे सब तो खूबसूरत कोई परफॉर्मेंस कही जाएगी तो तुहाडी सी। ये स्पेशल मैं जोड़ी की गल नहीं कर रहा, इस वास्ते आ एक तो मेरे वालों सिर्फ राजीव गोल्डी वास्ते है जी। मैं ये बहाना ही है, मैं नेड़े वेखनी किदां दी लगदी ये स्पेशल एक्चुअली इस खूबसूरत परफॉर्मेंस। थैंक यू सो मच, थैंक यू। ठीक है बच्चे, जाओ बच्चे, थानू अपने फोन नंबर बाद भेज दांगा। मेरे को हैगा। बाकी बच्चे पावा साहब तुम दसन गे हुण बच्चे किदां सी? हैं नहीं नहीं, बहुत अच्छा एक्ट था, बहुत ही सुंदर एक्ट सीगा। और मैं बिल्कुल एग्री करना गुगी पाजी दे नाल, ये परफॉर्मेंस वाकई बहुत अच्छी थी आपकी परफॉर्मेंस राजीव, बहुत अच्छी परफॉर्मेंस थी। आपने जिस तरह से कैरी किया उस कैरेक्टर को ना, बहुत अच्छा किया, और पूरा एक्ट भी बहुत अच्छा था। वेरी नाइस, वेरी गुड। थैंक यू सो मच, थैंक यू सो मच राज, तुहाडा भी बहुत अच्छा परफॉर्म, क्योंकि सस नूं जे इस तरह आपस झगड़ना तो फिर ये एक्ट ही नहीं सी बन सकता। एक्चुअली लग रहा है कि सस नूं ने अंदरों खुंदक है, झूठा रिश्ता भी दिखा रही ने, रिश्ता निभा भी रही ने, नाले खुंदक भी कढ़ रही ने। इट वॉज एक्सीलेंट, बहुत थैंक यू सो मच जी। एल्पेनली पे परफॉर्मेंस मीटर। हाँ जी कुकी भाजी, मेरे वालों स्वीटेस्ट। बिल्कुल जी, स्वीटेस्ट, मिठा भर के। हाँ जी बिल्कुल बिल्कुल, थैंक यू सो मच जी, थैंक यू सो मच।